ਹੈਲੋ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। 9ਵੀਂ 'ਚੋਂ 10ਵੀਂ ਵਿੱਚ ਜਿਹੜੇ ਬੱਚੇ ਹੋ ਗਏ ਆ ਸਾਰਿਆਂ ਨੂੰ ਵਧਾਈਆਂ। ਮੇਰੇ ਖਿਆਲ 'ਚ ਸਾਰੇ ਪਾਸ ਹੋ ਗਏ ਆ। ਤਾਂ ਹੁਣ ਮੇਰਾ ਖਿਆਲ ਸੀਗਾ ਕਿ ਆਪਾਂ ਟਾਈਮ ਹੈਗਾ ਆਪਣੇ ਕੋਲ, ਤੁਹਾਡੇ ਕੋਲ ਵੀ ਹੈਗਾ, ਮੇਰੇ ਕੋਲ ਵੀ ਹੈਗਾ, ਅਤੇ ਮੇਰਾ ਖਿਆਲ ਸੀਗਾ ਕਿ ਤੁਹਾਨੂੰ ਜਿਹੜੇ ਇੰਗਲਿਸ਼ ਦੇ ਲੈਸਨ ਹੈਗੇ ਤੁਹਾਡੇ, ਉਹਨਾਂ ਦੇ ਜਿਹੜੀ ਪੰਜਾਬੀ ਵਿੱਚ ਕਹਾਣੀ ਸੁਣਾ ਦਿੱਤੀ ਜਾਵੇ, ਤਾਂ ਕਿ ਜਦੋਂ ਆਪਾਂ ਸਕੂਲੇ ਬੈਠ ਕੇ ਮੁੜ ਕੇ ਟ੍ਰਾਂਸਲੇਸ਼ਨ ਕਰਨੀ, ਇਹਦੀ ਮੁੜ ਕੇ ਕੁਐਸਚਨ ਆਨਸਰ ਕਰਨੀ ਹੋਵੇ, ਤੁਹਾਨੂੰ ਬੜਾ ਸੌਖੇ ਸੌਖੇ ਲੱਗਣੇ ਆ ਜੇ ਆਪਾਂ ਗੱਲ ਸੁਣੀ ਹੋਵੇ ਤਾਂ, ਹੈ ਨਾ। ਸੋ ਪਹਿਲਾ ਲੈਸਨ ਹੈਗਾ ਆਪਣਾ ਦ ਹੈਪੀ ਪ੍ਰਿੰਸ। ਇਹਦੇ ਵਿੱਚ ਕੀ ਹੈਗਾ ਕਿ ਸ਼ਹਿਰ ਦੇ ਵਿਚਕਾਰ ਇੱਕ ਉੱਚੇ ਸਾਰੇ ਥੰਮ ਦੇ ਉੱਪਰ ਇੱਕ ਬੁੱਤ ਲੱਗਿਆ, ਬੁੱਤ ਜਿਹੜਾ ਸਟੈਚੂ ਹੈ ਨਾ, ਉਹ ਹੈਗਾ ਹੈਪੀ ਪ੍ਰਿੰਸ ਦਾ ਸਟੈਚੂ ਹੈ। ਉਹ ਸੋਨੇ ਨਾਲ ਜੜਿਆ ਹੋਇਆ, ਸੋਨੇ ਦੇ ਪੱਤੇ ਲੱਗੇ ਹੋਏ ਨਿੱਕੇ ਨਿੱਕੇ, ਹੱਥ ਵਿੱਚ ਉਹਦੇ ਤਲਵਾਰ ਫੜੀ ਆ, ਤਲਵਾਰ ਦੀ ਸਵਾਰਡ ਹਿਲਟ ਕਹਿੰਦੇ ਆ, ਯੂਨੋ ਮੁੱਠ ਦੇ ਉੱਪਰ ਰੂਬੀ ਲੱਗਾ ਹੋਇਆ ਲਾਲ, ਠੀਕ ਹੈ ਜੀ, ਅਤੇ ਅੱਖਾਂ ਵਿੱਚ ਉਹਦੇ ਨੀਲਮ ਹੈ, ਸਫੀਰ ਪਾਏ ਹੋਏ ਆ। ਤਾਂ ਉਹ ਇੱਕ ਰਾਤ ਇੱਕ ਅਬਾਬਿਲ ਦਾ ਪੰਛੀ, ਅਬਾਬਿਲ ਪੰਛੀ ਦਾ ਨਾਮ ਹੈ, ਅਬਾਬਿਲ ਉੱਡਿਆ ਜਾ ਰਿਹਾ ਹੈਗਾ, ਅਤੇ ਰਸਤੇ ਵਿੱਚ ਉਹ ਰੁਕਦਾ ਆਰਾਮ ਕਰਨ ਦੇ ਲਈ, ਕਿਉਂਕਿ ਪੈਡਸਟਲ ਜਿਹੜਾ ਹੈਗਾ ਜਿਹਦੇ ਉੱਪਰ ਬੁੱਤ ਲੱਗਾ ਹੈ ਕਾਫੀ ਉੱਚਾ ਸੀਗਾ। ਉਹ ਆਣ ਕੇ ਤਾਂ ਅਬਾਬਿਲ ਸਟੈਚੂ ਦੇ ਨਾ ਪੈਰਾਂ 'ਚ ਬੈਠ ਜਾਂਦਾ, ਠੀਕ, ਉਹਨੂੰ ਨਹੀਂ ਪਤਾ ਹੁੰਦਾ ਵੀ ਕੀ ਹੈ, ਹੈ ਨਾ, ਜਸਟ ਉੱਥੇ ਹਵਾ ਬਹੁਤ ਆ ਰਹੀ ਹੁੰਦੀ ਹੈ, ਉੱਚੇ ਥਾਂ 'ਤੇ ਬੈਠ ਜਾਂਦਾ। ਫਿਰ ਉਹ ਕਹਿੰਦਾ ਕਿ ਸੋਚਦਾ ਥੋੜ੍ਹਾ ਚਿਰ ਬੈਠਦਾ, ਆਲਾ ਦੁਆਲਾ ਸ਼ਹਿਰ ਦੇਖਦਾ, ਤਾਂ ਉਹਦੇ ਨਾ ਡਰੋਪਸ ਪੈਣ ਲੱਗ ਪੈਂਦੀਆਂ ਬੂੰਦਾਂ ਉੱਪਰੋਂ। ਉਹਨੇ ਸੋਚਿਆ ਕਿ ਸ਼ਾਇਦ ਮੀਂਹ ਆ ਗਿਆ, ਪਰ ਆਲੇ ਦੁਆਲੇ ਦੇਖਿਆ ਬੱਦਲ ਤਾਂ ਹੈ ਨਹੀਂ ਸੀਗੇ। ਉਹਨੇ ਧਿਆਨ ਨਾਲ ਦੇਖਿਆ ਹੈਪੀ ਪ੍ਰਿੰਸ ਦਾ ਜਿਹੜਾ ਬੁੱਤ ਆ ਉਹ ਰੋ ਰਿਹਾ ਸੀਗਾ। ਉਹਨੇ ਪੁੱਛਿਆ ਕਿ ਦੋਨੋਂ ਦੀ ਆਪਸ ਗੱਲ ਹੋ ਗਈ, ਸ਼ੁਰੂ ਹੋ ਗਈ। ਹੁਣ ਅਬਾਬਿਲ ਕਹਿੰਦਾ ਕਿ ਤੂੰ ਰੋ ਕਿਉਂ ਰਿਹਾ? ਉਹਨੇ ਦੱਸਿਆ ਕਿ ਦਰਅਸਲ ਜਦੋਂ ਮੈਂ ਜਿਉਂਦਾ ਸੀਗਾ ਤਾਂ ਮੇਰੇ ਬਾਪੂ ਨੇ ਮੈਨੂੰ ਕੋਈ ਦੁੱਖ ਨਹੀਂ ਦੇਖਣ ਦਿੱਤਾ, ਮੈਂ ਹਮੇਸ਼ਾ ਹੱਸਦਾ ਰਹਿੰਦਾ ਸੀ, ਖੁਸ਼ ਰਹਿੰਦਾ ਸੀਗਾ, ਅਤੇ ਮੈਨੂੰ ਹੈਪੀ ਪ੍ਰਿੰਸ ਕਹਿੰਦੇ ਸੀਗੇ ਸਾਰੇ। ਪਰ ਕਿਸੇ ਕਾਰਨ ਜਦੋਂ ਮੇਰੀ ਮੌਤ ਹੋਈ ਆ ਅਤੇ ਮੈਨੂੰ ਮੇਰਾ ਬੁੱਤ ਸ਼ਹਿਰ ਦੇ ਇੰਨਾ ਉੱਚਾ ਲਗਾ ਦਿੱਤਾ ਹੈਗਾ ਕਿ ਮੈਨੂੰ ਸਾਰੇ ਸ਼ਹਿਰ ਦੇ ਦੁੱਖ ਤਕਲੀਫਾਂ ਦੇਖਦੇ ਆ ਅਤੇ ਮੇਰੇ ਕੋਲੋਂ ਦੇਖ ਨਹੀਂ ਹੁੰਦੇ। ਤਾਂ ਸ਼ੌਕ ਅਬਾਬਿਲ ਕਹਿੰਦਾ ਚੱਲ ਮੈਂ ਹੁਣ ਦੱਸ ਕੀ ਕਰ ਸਕਦਾ ਤੇਰੇ ਲਈ? ਕਹਿੰਦਾ ਮੈਂ ਜਾਣਾ ਸੀਗਾ ਵੈਸੇ ਇਜਿਪਟ ਨੂੰ, ਮਿਸਰ ਨੂੰ ਜਾਣਾ ਸੀਗਾ ਉੱਡ ਕੇ, ਮੇਰੇ ਸਾਥੀ ਉੱਥੇ ਗਏ, ਪਰ ਤੂੰ ਦੱਸ ਤੇਰੇ ਲਈ ਮੈਂ ਕੀ ਕਰ ਸਕਦਾ? ਉਹ ਕਹਿੰਦਾ ਉਹ ਗਰੀਬ ਇਸਤਰੀ ਦਿਸਦੀ ਉਹਨੂੰ, ਕਹਿੰਦਾ ਦੇਖੋ ਉਹ ਉਹਨੂੰ ਐਮਬਰਾਇਡਿੰਗ ਦਾ ਕੰਮ ਕਰ ਰਹੀ ਸੀਗੀ, ਉਹ ਸੂਈ ਨਾਲ ਕੰਮ ਕਰਦੀ ਸੀਗੀ, ਨਿਗਾਹ ਘੱਟ ਹੋਣ ਦੇ ਬਾਵਜੂਦ ਵੀ ਉਹਨੂੰ ਗਰੀਬੀ ਵਿੱਚ ਕੰਮ ਕਰਨਾ ਪੈ ਰਿਹਾ ਸੀਗਾ, ਅਤੇ ਨੀਡਲਸ ਦੇ ਨਾਲ ਉਹਦੇ ਨਾਲ ਲਹੂ ਵਗ ਰਿਹਾ ਸੀਗਾ। ਤਾਂ ਲਾਗੇ ਉਹਦਾ ਬੇਟਾ ਇੱਕ ਸੀਗਾ, ਬਿਮਾਰ ਸੀਗਾ, ਉਹ ਰੋ ਰਿਹਾ ਸੀਗਾ, ਅਤੇ ਮੁੰਡਾ ਸਾਂਤਰਾ ਮੰਗ ਰਿਹਾ ਸੀਗਾ, ਪਰ ਉਹਦੇ ਕੋਲ ਪੈਸੇ ਨਹੀਂ ਸੀਗੇ। ਅਤੇ ਉਹ ਕਹਿੰਦਾ ਯਾਰ ਇੱਦਾਂ ਕਰਕੇ ਜਿਹੜਾ ਇੱਕ ਜਿਹੜਾ ਸਵਾਰਡ ਹਿਲਟ ਵਾਲਾ ਰੂਬੀ ਹੈ ਨਾ ਲਾਲ, ਠੀਕ ਹੈ ਜੀ, ਰੂਬੀ ਕੱਟ ਕੇ ਇਹਨੂੰ ਦਿਆ। ਅਬਾਬਿਲ ਨੇ ਚੁੰਝ, ਅਬਾਬਿਲ ਬਾਜ ਵਰਗਾ ਪੰਛੀ ਹੁੰਦਾ ਇੱਕ, ਉਹਨੇ ਉਹਦੇ ਚੁੰਝ ਦੇ ਨਾਲ ਉੱਥੋਂ ਲਾਲ ਕੱਢ ਲਿਆ, ਠੀਕ ਹੈ ਜੀ, ਲਾਲ ਕੱਢ ਕੇ ਅਤੇ ਜਾ ਕੇ ਉਸ ਗਰੀਬ ਇਸਤਰੀ ਨੂੰ ਦੇ ਆਇਆ, ਉੱਥੇ ਰੱਖਿਆ ਆ, ਅਤੇ ਨਾਲੇ ਆਪਣੇ ਖੰਭਾਂ ਦੇ ਨਾਲ ਜਿਹੜਾ ਮੁੰਡਾ ਸੁੱਤਾ ਪਿਆ ਸੀਗਾ, ਸੁੱਤਾ ਨਹੀਂ ਰੋ ਰਿਹਾ ਸੀਗਾ ਬੁਖਾਰ ਦੇ ਨਾਲ, ਉਹਨੂੰ ਹਵਾ 'ਚ ਲਿਖਿਆ ਖੰਭਾਂ ਦੇ ਨਾਲ, ਠੀਕ। ਉਸ ਤੋਂ ਬਾਅਦ 'ਚ ਉਹ ਆ ਗਿਆ ਅਤੇ ਫਿਰ ਥੋੜ੍ਹੀ ਰਾਤ ਹੋਈ, ਅਗਲੀ ਰਾਤ ਹੋਈ, ਤਾਂ ਉਹ ਦੇਖਿਆ ਉਹਨੇ, ਕਹਿੰਦਾ ਕਿ ਉਹ ਦੇਖ ਸਾਹਮਣੇ ਮੁੰਡਾ ਆ ਇੱਕ, ਉਹਨੇ ਪੜ੍ਹਨਾ ਆ, ਨਾਟਕ ਲਿਖਣਾ ਉਹਨੇ, ਪਰ ਉਹਦੇ ਕੋਲ ਲਾਈਟ ਲਈ ਕੋਈ ਸਾਧਨ ਨਹੀਂ ਹੈਗਾ, ਜਾਂ ਕਹੋ ਕਿ ਠੰਡ ਬੜੀ ਸੀ ਉੱਥੇ, ਤਾਂ ਲਾਗੇ ਲੱਕੜਾਂ ਬਾਲਣ ਲਈ ਕੋਈ ਸਾਧਨ ਨਹੀਂ ਹੈਗਾ, ਤੂੰ ਗਰੀਬੀ ਦੀ ਸੀ ਉਹਨੂੰ ਬਹੁਤ, ਬੱਚਾ ਕੁਛ ਕਰਨਾ ਕਰਨ ਪੜ੍ਹਨਾ ਪੜ੍ਹ ਰਿਹਾ, ਨਾਟਕ ਲਿਖ ਰਿਹਾ। ਤਾਂ ਉਹ ਕਹਿੰਦਾ ਕਿ ਤੂੰ ਇੱਦਾਂ ਕਰਕੇ ਮੇਰੀ ਇੱਕ ਅੱਖ ਦਾ ਜਿਹੜਾ ਸਫੀਰ ਹੈ ਨਾ ਇਹ ਕੱਢ ਕੇ ਇਹਨੂੰ ਦਿਆ। ਉਹ ਕਹਿੰਦਾ ਨਹੀਂ ਯਾਰ ਤੈਨੂੰ ਦਿਸਣੋਂ ਹਟ ਜਾਣਾ, ਤੂੰ ਇਹ ਨਾ ਦੇ ਇਹਨੂੰ। ਪਰ ਉਹਨੇ ਰਾਜਕੁਮਾਰ ਨੇ ਆਰਡਰ ਦਿੱਤਾ, ਕਹਿੰਦਾ ਕੱਢ ਇਹਨੂੰ, ਅਤੇ ਦੇ ਕੇ ਆ। ਉਹਨੇ ਸਫੀਰ ਕੱਢਿਆ ਦੇ ਆਉਂਦਾ। ਉਸ ਤੋਂ ਬਾਅਦ ਕੀ ਹੁੰਦਾ ਕਿ ਇੱਕ ਕੁੜੀ ਦੇਖੀ ਉਹਨਾਂ ਨੇ, ਕੁੜੀ ਛੋਟੀ ਜਿਹੀ ਸੀਗੀ, ਉਹ ਤੀਲਾਂ ਦੀ ਡੱਬੀ ਕਿਤੇ ਲੈ ਕੇ ਆ ਰਹੀ ਸੀਗੀ,